ਤੇ ਮੈਂ ਘੁੰਮ ਫਿਰ ਕੇ ਆਇਆ ਸੀ ਤੇ ਮੇਰੀ ਕਾਰ ਦੇ ਅੰਦਰਲੀ ਸਾਈਡ ਫੰਗਸ ਟਾਈਪ ਜਿਹਾ ਕੁਛ ਲੱਗ ਗਿਆ ਪਤਾ। ਆਹ ਦੇਖੋ ਆਹ ਲੱਗ ਗਈ ਫੰਗਸ ਟਾਈਪ, ਯੂਜ ਕਰਦੇ ਨੇ ਬਹੁਤ ਵਧੀਆ ਕਰਦੇ ਨੇ, ਪਿੰਗ ਵਗੈਰਾ ਕਰਾਉਣੀ ਆ। ਹਾਂਜੀ ਉੱਪਰੋਂ ਸਾਰੀ ਹੋ ਗਈ ਕਾਰ ਸਾਫ, ਦੂਜੀ ਵਾਰ ਕਰ ਰਹੇ ਹੋ ਨਾ ਇਹ। ਜਿਵੇਂ ਉਹ ਕਈ ਵਾਰੀ ਛੋਟੇ ਗੇਅਰ ਤੇ ਆਪਾਂ ਇਕਲਾ ਰੇਸ ਦਿੰਨੇ ਆ ਤਾਂ ਕਾਲਾ ਕਾਲਾ ਧੂੰਆਂ ਜਾਂ ਨਹੀਂ ਛੱਡਦੀ ਗੱਡੀ ਪਿੱਛੋਂ, ਅੰਦਰ ਵੀ ਕਰਨ ਲੱਗੇ ਆ ਸਟੀਮ ਬਹੁਤ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਚੈਨਲ। ਤੇ ਅੱਜ ਆਏ ਹੋਏ ਸੀਗੇ ਰਾਹੁਲ ਕੋਲ, ਮੇਰਾ ਫਰੈਂਡ ਆ, ਉਹਨੇ ਕੰਮ ਕਰਦਾ ਕੋਟਿੰਗ ਵਗੈਰਾ ਵਾਸ਼ਿੰਗ ਵੂਸ਼ਿੰਗ ਸਾਰੀ ਚੀਜ਼ਾਂ ਦਾ। ਅਤੇ ਮੈਂ ਘੁੰਮ ਫਿਰ ਕੇ ਆਇਆ ਸੀ ਅਤੇ ਮੇਰੀ ਕਾਰ ਦੇ ਅੰਦਰਲੀ ਸਾਈਡ ਫੰਗਸ ਟਾਈਪ ਜਿਹਾ ਕੁਛ ਲੱਗ ਗਿਆ, ਪਤਾ ਨਹੀਂ ਪਾਣੀ ਡੁੱਲਿਆ ਰਹਿ ਗਿਆ ਕੁਛ। ਅਤੇ ਉਹ ਡਰਾਈ ਕਲੀਨ ਕਰਾਉਣ ਆਇਆ ਸੀ, ਨਾਲੇ ਸਾਫ਼ ਸੂਫ ਕਰਾ ਲਈਏ। ਅਤੇ ਮੈਂ ਬੈਠਿਆ ਸੀਗਾ ਰਾਹੁਲ ਕੋਲ, ਤੁਹਾਨੂੰ ਮਿਲਾਉਣਾ। ਰਾਹੁਲ ਸੇ ਹਾਏ। ਰਾਹੁਲ ਇਹ ਆਪਣੀ ਜਿਹੜੀ ਸ਼ੋਪ ਆ ਇਹ ਹੈਗੀ ਆ, ਆਹ ਦੇਖੋ ਜੀ YPS ਰੋਡ 'ਤੇ, ਆਹ CCD ਲੋ ਪੀਜ਼ਾ ਦੇ ਨਾਲ ਪਾਵਰ ਜ਼ੋਨ ਦੇ, ਇਹ ਰਿਹਾ Q3 ਨੀਚੇ ਬੇਸਮੈਂਟ 'ਚ ਆ। ਉਰੇ ਵਾਸ਼ਿੰਗ ਕਰਦੇ ਨੇ, ਵਾਸ਼ਿੰਗ ਇਹਨਾਂ ਕੋਲ ਸਟੀਮ ਵਾਸ਼ਿੰਗ ਤੱਕ ਵੀ ਕਰਦੇ ਨੇ ਇਹ। ਇੰਜਨ ਦੇ ਵਿੱਚ ਜੇ ਸਟੀਮ ਵਾਸ਼ ਕਰਾਉਣੀ ਹੋਵੇ ਕਿਸੇ ਨੇ ਉਹ ਵੀ ਕਰਦੇ ਨੇ ਇਹ। ਉਹ ਦੇਖੋ ਕਾਰ ਦਾ ਕੰਮ ਚੱਲ ਰਿਹਾ। ਸੀਟਾਂ ਬਾਹਰ ਕਢਾ ਕੇ ਟਾਇਰ ਵਗੈਰਾ ਸਾਰਾ ਕੁਛ ਅੰਦਰੋਂ ਸਾਰੀ ਜਗ੍ਹਾ ਸਾਫ਼ ਕਰਾ ਲੈਣੀ ਹੈ। ਆਹ ਦੇਖੋ ਆਹ ਲੱਗ ਗਈ ਫੰਗਸ ਟਾਈਪ, ਆਹ ਸਾਰੀ ਗੱਡੀ ਧਵਾ ਲੈਣੀ ਆਪਾਂ। ਜਿਹੜਾ ਇਹ ਪ੍ਰੋਡਕਟ ਯੂਜ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਜਿੰਨੇ ਵੀ। ਅਤੇ ਟੇਪਿੰਗ ਵਗੈਰਾ ਕਰਾਉਣੀ ਆ, ਟੇਪਿੰਗ ਵੀ ਕਰਦੇ ਨੇ। ਦੇਖ ਲਓ ਕੈਮਰੇ ਅੱਗੇ ਬੋਲਦੇ, ਇੰਨਾ ਸੰਗਦਾ ਮੈਨੂੰ ਲਿਖ ਕੇ ਦੇ ਰਿਹਾ, ਕਹਿੰਦਾ ਇਹ ਚੀਜ਼ਾਂ ਆਪਾਂ ਉਰੇ ਕਰਦੇ ਤੂੰ ਆਪੇ ਬੋਲਦੀ, ਮੈਨੂੰ ਲੱਗਦੀ ਆ ਸੰਗ। ਜਿਹੜੀ ਲਿਸਟ ਬਣਾਈ ਹੋਈ ਆ ਉਹ 'ਚ ਤੁਹਾਨੂੰ ਮੈਂ ਪੜ੍ਹ ਕੇ ਦੱਸਦਾ ਹੋਰ ਕੀ ਆ ਲਿਖਤਾ ਸਾਰਾ। ਚਲੋ ਜੀ ਫਿਰ ਹੁਣ ਪੜ੍ਹ ਕੇ ਦੱਸਦੇ ਹਾਂ ਤੁਹਾਨੂੰ ਕੀ ਕਰਦੇ ਨੇ ਉਰੇ। ਇੱਕ ਤਾਂ ਕਰਦੇ ਨੇ ਸੈਰੇਮਿਕ ਕੋਟਿੰਗ, ਇਹ ਕੋਟਿੰਗ ਨਾਲ ਕੀ ਆ, ਇੱਕ ਤਾਂ ਸ਼ਾਈਨ ਜ਼ਿਆਦਾ ਕਰਦੀ ਆ ਕਾਰ ਨਵੀਂ ਕਾਰ ਨਾਲੋਂ ਵੀ ਜ਼ਿਆਦਾ, ਅਤੇ ਪਾਣੀ ਨਹੀਂ ਰੁਕਦਾ ਉੱਪਰ, ਜਿਵੇਂ ਮਿੱਟੀ ਮੁੱਟੀ ਵਾਲਾ ਪਾਣੀ ਹੁੰਦਾ ਕੁਛ ਆਪਣੇ ਆਪ ਨੀਚੇ ਗਿਰ ਜਾਂਦਾ, ਅਤੇ ਸ਼ਾਈਨ ਜ਼ਿਆਦਾ ਕਰਦੀ ਆ, ਪਾਣੀ ਨਹੀਂ ਰੁਕਦਾ ਅਤੇ ਸਾਫ਼ ਕਰਨੀ ਸੌਖੀ ਆ। ਅਤੇ ਇੱਕ ਕਰਦੇ ਨੇ ਇਹ ਰੈਪ, ਜਿਹਨੂੰ ਆਪਾਂ ਟੇਪਿੰਗ ਕਹਿੰਦੇ ਹਾਂ, ਜਿਵੇਂ ਕੋਈ ਵੀ ਕਲਰ 'ਚ ਟੇਪ ਕਰਾਉਣੀ ਆ ਤੁਸੀਂ ਆਪਣੀ ਕਾਰ ਨੂੰ ਕਰਾ ਸਕਦੇ ਹੋ, ਕੋਈ ਵਾਹੀਕਲ ਜਿਹੜਾ ਮਰਜ਼ੀ ਹੋਵੇ ਹੈ ਨਾ, ਕੋਈ ਵੀ ਵਾਹੀਕਲ ਨੂੰ ਜੇ ਟੇਪਿੰਗ ਕਰਾਉਣੀ ਆ ਤੁਸੀਂ ਉਹ ਕਰਾ ਸਕਦੇ ਹੋ, ਬਹੁਤ ਵਧੀਆ ਟੇਪਿੰਗ ਵੀ ਕਰਦੇ ਨੇ। ਸਟੀਮ ਵਾਸ਼ਿੰਗ ਕਰਾਉਣੀ ਹੈ, ਜਿਵੇਂ ਇੰਜਨ ਨੂੰ ਸਟੀਮ ਵਾਸ਼ ਕਰਾਉਣਾ ਆਪਾਂ ਉਹ ਵੀ ਕਰਾ ਸਕਦੇ ਹਾਂ। ਔਰ ਡਰਾਈ ਕਲੀਨ ਕਰ ਰਹੇ ਨੇ, ਜਿਹੜੀ ਚੀਜ਼ ਮੈਂ ਕਰਾ ਰਿਹਾ ਡਰਾਈ ਕਲੀਨ ਕਰਦੇ ਨੇ ਉਰੇ, ਡਰਾਈ ਕਲੀਨ ਜਿਵੇਂ ਮਰਜ਼ੀ ਕਰਾ ਲਓ, ਚਾਹੇ ਸੀਟਾਂ ਕਢਾ ਕੇ ਕਰਾ ਲਓ, ਜਿਵੇਂ ਜਿਵੇਂ ਦੀ ਕਾਰ ਦੀ ਹਾਲਤ ਹੁੰਦੀ ਉਵੇਂ ਦੇਖ ਕੇ ਕਰ ਦਿੰਦੇ ਨੇ। ਮੇਰੇ ਵਾਲੀ ਦੀ ਜ਼ਿਆਦਾ ਮਾੜੀ ਹਾਲਤ ਤਾਂ ਬਾਹਰ ਕੱਢ ਕੇ ਕਰ ਰਹੇ ਨੇ। ਡੀਪ ਕਲੀਨਿੰਗ ਕਰਾਉਣੀ ਹੈ ਕਿਸੇ ਨੇ ਉਹ ਵੀ ਕਰ ਸਕਦੇ ਨੇ, ਜਿਵੇਂ ਕਈ ਜਗ੍ਹਾ ਹੁੰਦੀਆਂ ਨੇ ਕਿ ਕੋਈ ਕਲੀਨ ਨਹੀਂ ਕਰਦਾ ਇੰਜਨ ਉੰਜਨ ਅੰਦਰ ਉਹਦੀ ਖੋਲ੍ਹ ਕੇ ਸਾਰਾ ਕੁਛ ਖੋਲ੍ਹ ਕੇ, ਐਵੇਂ ਨਹੀਂ ਕਿ ਪਾਰਟ ਕੱਢ ਕੱਢ ਕੇ ਸਾਈਡ 'ਤੇ, ਕਿ ਮਤਲਬ ਜਿੱਥੇ ਹੱਥ ਵਗੈਰਾ ਨਹੀਂ ਜਾਂਦਾ ਕਿਸੇ ਦਾ ਉਹ ਵੀ ਸਾਫ਼ ਕਰਾਉਣੀ ਹੋਵੇ ਡੀਪ ਕਲੀਨਿੰਗ ਵੀ ਕਰ ਦਿੰਦੇ ਨੇ। ਅਤੇ ਇੱਕ ਕਰਦੇ ਨੇ ਇਹ PPF ਟੇਪਿੰਗ, ਇਹ ਜਿਹੜੀ ਟੇਪ ਹੈ ਇਹਦਾ ਇਹ ਫਾਇਦਾ ਕਿ ਜੇ ਕੋਈ ਸਕਰੈਚ ਵੀ ਪਾ ਜਾਵੇ ਤੁਹਾਡੀ ਗੱਡੀ 'ਤੇ, ਜਿਵੇਂ ਲਾ ਲਓ ਬਥੇਰੇ ਲੋਕ ਮੱਚਦੇ ਹੁੰਦੇ ਨੇ ਤਾਂ ਜਾਣ ਕੇ ਸਕਰੈਚ ਵਗੈਰਾ ਪਾ ਦੇਣ, ਤਾਂ ਉਹਦੇ ਨਾਲ ਕੀ ਹੁੰਦਾ ਦੋ ਡੇਢ ਦੋ ਘੰਟਿਆਂ ਤੱਕ ਆਪਣੇ ਆਪ ਉਹ ਸਕਰੈਚ ਗਾਇਬ ਹੋ ਜਾਂਦਾ। ਅਤੇ ਬਾਕੀ ਤੁਸੀਂ ਆਪ ਉਰੇ ਵਿਜ਼ਿਟ ਜ਼ਰੂਰ ਕਰਕੇ ਜਾਇਓ, ਬੰਦੇ ਦਾ ਨੇਚਰ ਵੀ ਬਹੁਤ ਵਧੀਆ ਯਾਰ, ਵਧੀਆ ਡੀਲ ਕਰੂਗਾ ਤੁਹਾਨੂੰ, ਅਤੇ ਪ੍ਰਾਈਜ਼ ਵੀ ਠੀਕ ਨੇ, ਕੋਈ ਜ਼ਿਆਦਾ ਨਹੀਂ ਹੈਗੇ ਹੋਰ ਮਾਰਕੀਟ ਨਾਲੋਂ। ਅਤੇ ਕੰਮ ਮੇਨਲੀ ਕੰਮ ਹੋਣਾ ਚਾਹੀਦਾ, ਕੰਮ ਬਹੁਤ ਵਧੀਆ ਕਰਦੇ ਨੇ, ਉਹਦੀ ਕੋਈ ਕੰਪਲੇਂਟ ਨਹੀਂ ਆਉਂਦੀ ਤੁਹਾਨੂੰ। ਚਲੋ ਦਿਖਾਉਂਦੇ ਤੁਹਾਨੂੰ ਆਪਣਾ ਨੇ ਆਪਣੀ ਗੱਡੀ ਦੇਖੀ ਕਿੱਥੇ ਤੱਕ ਪਹੁੰਚੀ ਆ। ਹਾਂਜੀ ਉੱਪਰੋਂ ਸਾਰੀ ਹੋ ਗਈ ਕਾਰ ਸਾਫ਼ ਅਤੇ ਨਾਲ ਅੰਦਰੋਂ ਵੀ, ਅਤੇ ਨੀਚੋ ਨੀਚੋ ਰਹਿ ਗਈ ਹੁਣ ਬ੍ਰਦਰ ਤੀਜੀ ਵਾਰ ਕਰ ਰਹੇ ਹੋ ਨਾ ਇਹ, ਅਤੇ ਤੀਜੀ ਵਾਰ ਕਰ ਰਹੇ ਨੇ ਚੰਗੀ ਤਰ੍ਹਾਂ ਸਾਫ਼ ਨੀਚੋ ਦੀ, ਅਤੇ ਦੇਖ ਲਓ ਤੁਸੀਂ ਆਪ ਬਾਕੀ।
ਤੇ ਉਧਰੋਂ ਮੈਟ ਸਾਫ ਕਰ ਰਿਹਾ ਬਾਈ ਆ ਰਹੀਆਂ ਟੇਪਿੰਗ ਜਿਹੜੀਆਂ ਜਿਹੜੀਆਂ ਤੁਸੀਂ ਕਰਾ ਰਹੀਆਂ ਨੇ ਕਲਰ ਜਿਹੜੀ ਟੇਪਿੰਗ ਦੀ ਮੈਂ ਗੱਲ ਕਰਦਾ ਸੀ ਆਹ ਕਲਰ ਵੀ ਕਰਾਉਂਦੇ ਨੇ ਲੋਕ ਹੈ ਪਿੰਕ ਵੀ ਪਿੰਕ ਕਰਾਉਣੀ ਕਿਸੇ ਨੇ ਦੱਸੋ ਵੀ ਆਪਣੀ ਸਹੇਲੀ ਸਹੁਲੀ ਵਾਸਤੇ ਕਰਾ ਦਿਓ ਅਤੇ ਇੰਨੀ ਆਪਸ਼ਨ ਹੈਗੀ ਆ ਤੁਹਾਡੇ ਕੋਲ ਟੇਪਿੰਗ ਵਾਸਤੇ ਇੰਨੀ ਤਰੀਕੇ ਦੀ ਅਸੀਂ ਕਰ ਸਕਦੇ ਹਾਂ ਲਓ ਜੀ ਅੰਦਰੋਂ ਹੋ ਗਈ ਕਾਰ ਸਾਫ ਅਤੇ ਹੁਣ ਲੱਗੇ ਨੇ ਬਾਹਰੋਂ ਵੀ ਵਾਸ਼ਿੰਗ ਕਰਨ ਅਤੇ ਨਾਲ ਕਰਾਵਾਂਗੇ ਸਟੀਮ ਵਾਸ਼ਿੰਗ ਅੰਦਰੋਂ ਤੁਹਾਨੂੰ ਦਿਖਾਉਂਦੇ ਹਾਂ ਸੀਟਾਂ 'ਚ ਕੱਢੀਆਂ ਹੀ ਹੋਈਆਂ ਨੇ ਅਤੇ ਇੰਨਾ ਚਿਰ ਅੰਦਰੋਂ ਸੁੱਕ ਜੂਗੀ ਨਾਲੇ ਬਾਹਰੋਂ ਧੋਈ ਜਾਊਗੀ ਅੰਦਰੋਂ ਐਨ ਪਾਈਆਂ ਨੇ ਐਨ ਚਮਕਾਤੀ ਗੱਡੀ ਕਰਦੇ ਨੇ ਸਿੰਪਲ ਵਾਸ਼ਿੰਗ ਪਾਣੀ ਨਾਲ ਫਿਰ ਉਹ ਤੋਂ ਬਾਅਦ ਸਟੀਮ ਯੂਜ਼ ਕਰ ਰਹੇ ਨੇ ਇੰਨੇ ਚਿਰ ਸਟੀਮ ਬਣ ਰਹੀ ਹੈ ਇਹਨਾਂ ਨੇ ਮਸ਼ੀਨ ਅੱਗੋਂ ਸਟੀਮ ਨਿਕਲਣੀ ਉਹ ਤਾਂ ਗਰਮ ਹੈ ਹੀ ਹੈ ਇੱਥੋਂ ਪਾਈਪ ਨੂੰ ਵੀ ਹੱਥ ਲਾਇਆ ਪਾਈਪ ਵੀ ਐਨ ਗਰਮ ਪਈ ਆ ਇਹ ਮਸ਼ੀਨ ਹੈ ਇੱਥੇ ਸਟੀਮ ਬਣ ਰਹੀ ਆ ਫਿਰ ਇਹ 'ਚ ਵਾਸ਼ ਕਰ ਰਹੇ ਹਾਂ ਆਪਣੇ ਪਟਿਆਲੇ 'ਚ ਕਿਤੇ ਵੀ ਨਹੀਂ ਹੈਗਾ ਕੋਈ ਸਟੀਮ ਵਾਸ਼ ਕਰਦਾ ਹੋਵੇ ਸਟੀਮ ਬਣ ਗਈ ਆ ਹੁਣ ਵਾਸ਼ਿੰਗ ਕਰਨ ਲੱਗਿਆ ਸ਼ੁਰੂ ਵੀਰੇ ਪਹਿਲਾਂ ਇਹਦੇ ਫਾਇਦੇ ਦੱਸ ਦਿਓ ਯਾਰ ਕਿਸੇ ਕੋਈ ਵੀ ਆਪਕੀ ਗਾੜੀ ਦੇ ਕੋਰਨਰਸ ਹੋ ਗਏ ਜਾਂ ਫਿਰ ਡਿਟੇਲਿੰਗ ਪ੍ਰੋਪਰ ਤਰੀਕੇ ਸੇ ਨਹੀਂ ਹੋ ਪਾਤੀ ਨਾ ਇਸੇ ਸਟੀਮ 'ਚ ਉਹ ਸਾਰੀ ਡਸਟ ਨਿਕਲ ਜਾਤੀ ਹੈ ਆਟੋਮੈਟਿਕਲੀ ਠੀਕ ਹੈ ਤੁਸੀਂ ਜੋ ਵੀ ਪੇਂਟ ਵੀ ਮਾਰੋਗੇ ਆਪ ਕੋਈ ਇੰਜਨ ਕੇ ਲਈ ਬਹੁਤ ਬੈਨੀਫਿਟ ਰਹਿਤਾ ਹੈ ਇਸਕੇ ਲਈ ਇਸ ਚੀਜ਼ ਦਾ ਪਾਣੀ ਮਾਰਨੇ ਕੇ ਲਈ ਏਜੰਸੀ ਵੀ ਮਨਾ ਕਰਤੀ ਹੈ ਤੋ ਇਹ ਸਟੀਮ 'ਚ ਕਿਆ ਹੈ ਕੋਈ ਵੀ ਕੋਰਨਰਸ ਮਾਰੋ ਕੋਈ ਵੀ ਚੀਜ਼ ਮਾਰੋਗੇ ਆਪ ਸਟੀਮ ਮਾਰੋਗੇ ਉਸੇ ਕੋਈ ਵੀ ਹਾਰਮ ਨਹੀਂ ਪਹੁੰਚੇਗਾ ਇੰਜਨ ਕੋ ਵੀ ਆਪਕੇ ਕੋਈ ਵੀ ਚੀਜ਼ ਕੋ ਆਪਕੇ ਜੈਸੇ ਮਰਜ਼ੀ ਮਾਰ ਸਕਦੇ ਹੋ ਇੰਜਨ ਕੇ ਅੰਦਰ ਵੀ ਪ੍ਰੋਪਰ ਏ ਟੂ ਜੈਡ ਕਲੀਨ ਹੋ ਜਾਏਗਾ ਠੀਕ ਹੈ ਮਤਲਬ ਇੰਜਨ 'ਚ ਮਾਰਨ ਲਈ ਜਿਵੇਂ ਏਜੰਸੀ ਪਾਣੀ ਰੋਕਦੇ ਨੇ ਤਾਂ ਮਤਲਬ ਆਪਾਂ ਸਟੀਮ ਮਾਰਦੇ ਹਾਂ ਕੋਈ ਪ੍ਰੋਬਲਮ ਨਹੀਂ ਰਹਿੰਦੀ ਜੀ ਇਹ ਪੂਰਾ ਭਾਫ ਫੈਕਟ ਹੈ ਸਾਥ ਨਾਲ ਪਾਣੀ ਵੀ ਫੈਕਟ ਹੈ ਜੋ ਵੀ ਆਪਕੇ ਕੋਰਨਰਸ ਹੋ ਜਾਏ ਇੰਜਨ ਕੇ ਅੰਦਰ ਅੰਦਰ ਤੱਕ ਪੂਰਾ ਏ ਟੂ ਜੈਡ ਕਲੀਨ ਹੋ ਜਾਏਗਾ ਆਪਕਾ ਪੂਰਾ ਹਰ ਇੱਕ ਕੋਰਨਰ ਤੇ ਪਹੁੰਚ ਜਾਂਦਾ ਜੀ ਫਾਇਦਾ ਜਿਹੜੀ ਆਪਾਂ ਨੂੰ ਡਸਟ ਦਿਖਦੀ ਵੀ ਨਹੀਂ ਹੈਗੀ ਜਿਵੇਂ ਆਹ ਪਾਰਟਸ 'ਤੇ ਹੋ ਜਾਂਦੀ ਰਹਿ ਜਾਂਦੀ ਆ ਤਾਂ ਕਿਤੇ ਵੀ ਉਹ ਵੀ ਕਲੀਨ ਹੋ ਜਾਂਦੀ ਆ ਨਹੀਂ ਨੋਰਮਲ ਵਾਸ਼ਿੰਗ ਨਾਲ ਉਹ ਚੀਜ਼ ਉਤਰਦੀ ਨਹੀਂ ਹੈਗੀ ਸਲੰਸਰ 'ਚ ਵੱਜ ਰਿਹਾ ਕੈਮੀਕਲ ਜਿਵੇਂ ਉਹ ਕਈ ਵਾਰੀ ਛੋਟੇ ਗੇਅਰ 'ਤੇ ਆਪਾਂ ਇਕੱਲਾ ਰੇਸ ਦਿੰਦੇ ਹਾਂ ਤਾਂ ਕਾਲਾ ਕਾਲਾ ਧੂੰਆਂ ਜਿਹਾ ਨਹੀਂ ਛੱਡਦੀ ਗੱਡੀ ਪਿੱਛੋਂ ਉਹ ਬਹੁਤ ਅਜੀਬ ਜਿਹਾ ਲੱਗਦਾ ਪਹਿਲਾਂ ਕੈਮੀਕਲ ਵਿੱਚ ਛੱਡ ਕੇ ਫਿਰ ਥੋੜ੍ਹਾ ਜਿਹਾ ਸਟੀਮ ਪਾ ਕੇ ਚੈੱਕ ਹੁਣ ਆਪਾਂ ਅੰਦਰ ਵੀ ਕਰਨ ਲੱਗੇ ਹਾਂ ਸਟੀਮ ਵਾਸ਼ ਅਤੇ ਬਾਈ ਜੀ ਇਹਦੇ ਵੀ ਦੱਸ ਦਿਓ ਫਾਇਦੇ ਆਪਾਂ ਨੂੰ ਕੇਸ ਕੇ ਅੰਦਰ ਜੋ ਵੀ ਏ ਸੀ ਵਿੰਸਿਡ ਹੋਤੇ ਹੈ ਨਾ ਕਿ ਉਸਮੇ ਬ੍ਰਸ਼ ਨਹੀਂ ਪਹੁੰਚ ਪਾਤਾ ਡਿਟੇਲਿੰਗ ਕੇ ਲਈ ਕੋਈ ਵੀ ਚੀਜ਼ ਕੇ ਲਈ ਤੋ ਉਸਕੇ ਅੰਦਰ ਸਟੀਮ ਆਈ ਜਾਤੀ ਹੈ ਬਾਹਰ ਕੇ ਲਈ ਅਲੱਗ ਸਟੀਮ ਹੋਤੀ ਹੈ ਔਰ ਅੰਦਰ ਕੇ ਲਈ ਅਲੱਗ ਸਟੀਮ ਹੋਤੀ ਹੈ ਅੰਦਰ ਵਾਲੀ ਸਟੀਮ ਮੇਂ ਕਿਆ ਰਹਤਾ ਹੈ ਕਿ ਓਨਲੀ ਭਾਫ ਫੈਕਟ ਹੈ ਕੋਈ ਵੀ ਪਾਣੀ ਨਹੀਂ ਫੈਕਟ ਹੈ ਕੁਛ ਵੀ ਚੀਜ਼ ਓਨਲੀ ਸਟੀਮ ਫੈਕਟ ਹੈ ਭਾਫ ਫੈਕਟ ਹੈ ਬਾਹਰ ਵਾਲੇ ਮੇਂ ਕਿਆ ਰਹਤਾ ਹੈ ਕਿ ਭਾਫ ਵੀ ਫੈਕਟ ਹੈ ਔਰ ਪਾਣੀ ਵੀ ਫੈਕਟ ਹੈ ਸਾਥ ਮੇਂ ਇਸੇ ਡਸਟ ਸਾਰੀ ਨਿਕਲ ਜਾਤੀ ਹੈ ਇਸਕਾ ਬੈਨੀਫਿਟ ਇਹ ਹੈ ਕਿ ਜੋ ਵੀ ਇਸਕੇ ਅੰਦਰ ਜਮਾ ਹੋਗਾ ਨਾ ਏਸੀ ਵਿੰਡਸ਼ੀਲਡ ਮੇਂ ਕੋਈ ਵੀ ਛੋਟੇ ਮਾਈਨਰ ਸੇ ਵੀ ਕਹੀਂ ਪੇ ਵੀ ਡਸਟ ਹੋਏਗੀ ਨਾ ਉਨ ਸਭ ਕੋ ਭਾਫ ਕੇ ਦੁਆਰਾ ਸਾਰੇ ਨਿਕਾਲ ਲੇਗਾ ਆਪਣਾ ਆਪ ਹੀ ਅੱਛਾ ਠੀਕ ਹੈ ਜਿਵੇਂ ਮੇਰੇ ਯਾਰ ਲਾ ਲਓ ਔਰ ਇਹ ਸੌਸ ਵਗੈਰਾ ਰੱਖੀ ਹੁੰਦੀ ਆਪਾਂ ਬ੍ਰੇਕ ਲਾ ਦਿੰਦੇ ਅੱਗੇ ਚੱਲ ਜਾਂਦੀ ਆ ਉਹਦੇ ਵਿੱਚ ਵੈਂਟ ਜਿਹੜੇ ਹੈਗੇ ਨੇ ਮਤਲਬ ਉਹ ਉੱਧਰੋਂ ਵੀ ਨਿਕਲ ਜਾਣਾ ਸਾਰਾ ਕੁਝ ਹੈ ਨਾ ਜੀ ਸਭ ਕੁਝ ਜਿੰਨਾ ਵੀ ਮਤਲਬ ਫਸੀ ਹੋਈ ਕਿਤੇ ਵੀ ਕੋਈ ਡਸਟ ਕੁਛ ਵੀ ਹੈਗਾ ਉਹ ਇਹਦੇ ਨਾਲ ਸਾਰਾ ਕੁਝ ਬਾਹਰ ਨਿਕਲ ਜਾਣਾ ਕਲੀਨ ਹੋ ਜਾਣੀ ਆ ਗੱਡੀ ਅਤੇ ਨਾਲੇ ਨਾ ਅੰਦਰ ਪਾਣੀ ਪੂਣੀ ਰਹਿੰਦਾ ਕੁਛ ਵੀ ਤੁਹਾਨੂੰ ਦੱਸ ਹੀ ਦਿਆ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਸਟੀਮ ਮਾਰੀ ਸੀਗੀ ਤਾਂ ਮਤਲਬ ਇਸ ਸਾਈਡ ਵਾਲਾ ਵੀ ਇੱਧਰੋਂ ਨਿਕਲੀ ਸਾਰੀ ਸਟੀਮ ਅਤੇ ਇੱਧਰੋਂ ਜਿੰਨਾ ਗੰਦ ਸੀ ਉਹ ਸਾਰਾ ਬਾਹਰ ਆ ਚੁੱਕਿਆ ਬਟਨਾਂ ਵਿੱਚ ਜੋ ਵੀ ਮਾਰੋਗੇ ਨਾ ਕੁਛ ਵੀ ਇਫੈਕਟ ਨਹੀਂ ਪੜੇਗਾ ਇਸਕਾ ਬਟਨ ਕੇ ਜਿੰਨੇ ਵੀ ਕੋਰਨਰਸ ਹੋਤੇ ਹੈ ਅੱਜਕੱਲ੍ਹ ਕੇ ਜਿੰਨੇ ਵੀ ਮਾਈਨਰਸ ਸੇ ਰਹਤੇ ਹੈ ਨਾ ਉਨ ਸਭ ਮੇਂ ਡਸਟ ਫਸੀ ਜਾਤੀ ਹੈ ਸਾਰੇ ਨਿਕਲ ਜਾਤੀ ਹੈ ਉਸਸੇ ਠੀਕ ਹੈ ਗੇਅਰ ਕੰਸੋਲ ਹੋ ਗਿਆ ਸਾਰੇ ਪੈਨਲ ਹੋ ਗਏ ਟੂ ਜੈਡ ਔਰ ਏ ਸੀ ਵਿੰਡਸ ਜਿਵੇਂ ਵੀ ਦੇਖੋਗੇ ਤਾਂ ਧੂਆਂ ਨਿਕਲ ਰਿਹਾ ਹਾਂ ਏ ਸੀ ਵੈਂਟਸ ਤੋਂ ਵੀ ਨਿਕਲ ਰਿਹਾ ਇਹ ਕਹਿ ਰਹੇ ਨੇ ਕਿ ਆਪਾਂ ਜਿੰਨੇ ਵੀ ਆਹ ਬਟਨ ਵਗੈਰਾ ਕੁਛ ਆ ਇਹਨਾਂ ਦੇ ਸਾਰਿਆਂ 'ਤੇ ਮਾਰ ਸਕਦੇ ਹਾਂ ਅਤੇ ਕੋਈ ਹਾਰਮ ਨਹੀਂ ਪਹੁੰਚਦਾ ਇਹਨਾਂ ਨੂੰ ਅਤੇ ਜਿੰਨਾ ਵੀ ਡਸਟ ਇਹਨਾਂ ਦੇ ਵਿੱਚ ਵੀ ਫਸੀ ਹੋਵੇ ਉਹ ਸਾਰੀ ਬਾਹਰ ਨਿਕਲ ਆਉਂਦੀ ਆ ਬਾਕੀ ਤੁਹਾਨੂੰ ਬਾਈ ਨੇ ਦੱਸ ਹੀ ਦਿੱਤਾ ਸੀਗਾ ਦੋਨਾਂ ਲਈ ਡਿਫਰੈਂਟ ਡਿਫਰੈਂਟ ਸਟੀਮ ਯੂਜ਼ ਕਰਦੇ ਨੇ
ਬਾਹਰ ਮਾਰਨ ਲਈ ਅਲੱਗ ਆ ਤੇ ਅੰਦਰ ਇੰਟੀਰੀਅਰ ਤੇ ਮਾਰਨ ਲਈ ਅਲੱਗ ਸਟੀਮ ਆ ਤੇ ਇਹਦੇ ਨਾਲ ਬਹੁਤ ਫਾਇਦਾ ਗੱਡੀ ਦਾ। ਲੋ ਜੀ ਸਟੀਮ ਵੱਜ ਚੁੱਕੀ ਆ ਤੇ ਹੁਣ ਵੱਜਣ ਲੱਗਿਆ ਕੱਪੜਾ ਵੱਜਣ ਲੱਗੀ ਆ ਟਾਇਰਾਂ ਨੂੰ ਪੋਲਿਸ਼। हाँ जी राहुल कहता कि मेरी कार दे भी उरे लग्या होया स्मोक लगी हुई है ब्लैक कलर की लाइट कहता ग्रिल नाल तेरे सोहनी लगेगी तू आ लवा ते हुण इह लवाण लगे आपां इहदे नाल भी फायदा यह है देखो मेरे स्क्रैच पए हुए ने थोड़े थोड़े लाइट ते जे ये अप्लाई किया हुंदा मैं तो स्क्रैच ना पैंदे इह हुण रिमूव भी नहीं हो सकते स्क्रैच जद नवी लाइट ही पेगी बाकी थोनू लगे तो बाद दिखाने कि लगे। एक साइड पर लाती आप दूजी साइड पर जो लानी है देखो कि साइड ज़्यादा सोहनी लग रही है। लो जी होगी कार फुल रेडी आ जोड़े थोड़े बहुते रह गए बबल्स ये कहते धुप च अपने आप उड़ जाने ने ते अंदरों भी एन साफ करती नीचे अजे थोड़ी जी गिली आ वैसे तो इन्होंने कहा कि उरे ही खड़ा जो बट मैं क्या कोई ना मैं घर ही सका लूँगा देखो सारा कुछ मैट भी गिले ने मैं ये भी घर सुकाने पैने ने एन साफ करती कार छत भी दिखाना तुम्हें छत बहुत गंदी सी सारी एन साफ करती जिम्मे नवी कार होंगी है। लो जी अपना काम निबड़िया तो राहुल मसो कट के लिया कहता अज मैं तैयार नहीं है कहता तू मेरा जलूस कटेगा तेने सारे कॉलेज वाले भी देखे ते बहुत वधिया काम करे यार तुसी जरूर आके विजिट करके जायो ते मिलते आपां नैक्सट ब्लॉग च जे वधिया लग्या तां लाइक ते सबसक्राइब जरूर कर दियो। फुल शाइन कर रही है अजे तां गड्डी अंदरों देखिए हुण किन्नी कु सांभ रखदे आं आपां एंड साफ ਸਾਨੂੰ ਨੇੜੇ ਲਾ ਲਾ ਅਸੀਂ ਗੁੱਜੀ ਸੈਟਿਆਂ ਦਿਲ ਦੇ ਆ ਮੌਮੇ ਆਦਤਾਂ ਨੇ ਕੱਪੀਆਂ ਥੋੜੇ ਜਿਹਾ ਰੂੜ